ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਮੈਂ ਤੁਹਾਨੂੰ ਨਾ ਇੱਕ ਨਜ਼ਾਰਾ ਦਿਖਾਉਣ ਲੱਗਾ, ਜਰਾ ਦੇਖਿਓ ਜੇ, ਬੜਾ ਜ਼ਰੂਰੀ ਹੈ, ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇ। ਆਹ ਸਾਹਮਣੇ ਦੇਖਿਓ ਜੇ, ਆਹ ਦੇਖੋ ਇੱਕ ਬੱਚਾ, ਜਜ਼ਬਾ ਦੇਖੋ ਇੱਥੇ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਇਹ ਦੇਖੋ ਬੱਚਾ, ਬੇਟਾ ਕੀ ਨਾਮ ਕੀ ਹੈ ਤੇਰਾ, ਕਿੱਥੇ ਚੱਲਿਆ ਹੈ, ਕਿੱਥੇ ਚੱਲਿਆ ਹੈ, ਕਿੱਥੇ ਚੱਲਿਆ ਹੈ, ਕਿਸਾਨੀ ਅੰਦੋਲਨ ਚੱਲਿਆ। ਦੇਖੋ ਮੁੰਡੇ ਦੀ ਉਮਰ ਦੇਖੋ, ਔਰ ਗੱਡੀ ਦੇਖੋ, ਗੱਡੀ ਦਿਖਾ ਇੱਕੀ ਨਾਲ। ਇਹ ਦੇਖੋ ਕਿਸਾਨੀ ਮੋਰਚੇ ਦੇ ਵਾਸਤੇ ਕਿਸਾਨ ਏਕਤਾ, ਕਿਸਾਨ ਏਕਤਾ, ਕਿਸਾਨ ਏਕਤਾ। ਆਹ ਦੇਖੋ ਗੱਡੀ ਬਣਾਈ ਆ ਦੇਸੀ, ਆਹ ਦੇਖ, ਇਹਨੂੰ ਕਹਿੰਦੇ ਨੇ ਜਜ਼ਬਾ। ਹੁਣ ਇਹ ਜਜ਼ਬੇ ਨੂੰ ਕਿਹੜਾ ਤੋੜ ਲੂਗਾ ਅਤੇ ਕਿਹੜਾ ਰੋਕ ਲੂਗਾ? ਜਦੋਂ ਬੰਦਿਆਂ 'ਚ ਇਹ ਜਜ਼ਬੇ ਆ ਜਾਣ ਨਾ, ਉਹ ਅੰਦੋਲਨ ਕਦੀ ਰੋਕੇ ਨਹੀਂ ਜਾ ਸਕਦੇ। ਇਹ ਜ਼ਰੂਰ ਮੇਰੇ ਵੀਰੋ ਸ਼ੇਅਰ ਕਰਿਓ ਜੇ, ਇਸ ਬੱਚੇ ਨੂੰ ਜ਼ਰੂਰ ਪਾਪੂਲਰ ਕਰਿਓ ਜੇ। ਆਹ ਦੇਖੋ ਨਾਲ ਦਾਦੀ ਜੇ, ਤੁਸੀਂ ਇਹਦੀ ਦਾਦੀ ਆਏ ਨਾਲ, ਤਾਈ ਜੀ ਤੁਸੀਂ, ਮਾਤਾ ਜੀ ਜੇ ਇਹਨਾਂ ਦੇ, ਚਾਚੀ ਜੀ ਔਰ ਤਾਈ ਜੀ, ਚਾਚੀ ਔਰ ਤਾਈ ਨਾਲ ਜਾ ਰਹੀ ਹੈ ਮੁੰਡੇ ਦੇ। ਦੇਖੋ ਕਿੰਨੇ ਸਾਲ ਦੀ ਉਮਰ ਹੈ ਤੇਰੀ ਬੇਟਾ? 10 ਸਾਲ ਦਾ ਮੁੰਡਾ। ਆਹ ਦੇਖੋ 10 ਸਾਲ ਦਾ ਮੁੰਡਾ ਹੈ, ਆਹ ਜਜ਼ਬਾ ਹੈ। ਜਦੋਂ ਇਹੋ ਜਿਹਾ ਜਜ਼ਬਾ ਕੌਮ ਦੇ ਅੰਦਰ ਹੋਵੇ, ਜਦੋਂ ਇਹੋ ਜਿਹਾ ਜਜ਼ਬਾ ਕੌਮ ਅੰਦਰ ਹੋਵੇ, ਤਾਂ ਤੁਸੀਂ ਸਮਝ ਸਕਦੇ ਜੇ ਕਿ ਕੌਮ ਕਿਸ ਪਾਸੇ ਜਾ ਰਹੀ ਹੋਊਗੀ। ਇਹ ਜਜ਼ਬਾ ਹੈ ਜਿਸਨੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕੀਤਾ ਹੈ, ਇਹ ਜਜ਼ਬਾ ਹੈ ਜਿਹਨੇ ਕਈ ਸਾਡੇ ਵਰਗਿਆਂ ਨੂੰ ਪ੍ਰਭਾਵਿਤ ਕੀਤਾ ਹੈ, ਸੋਚ ਨੂੰ ਬਦਲਿਆ ਦੇਸ਼ ਔਰ ਦੁਨੀਆ ਦੀ, ਔਰ ਇਹ ਦੇਸ਼ ਔਰ ਦੁਨੀਆ ਦੀ ਸੋਚ ਜਿਹੜੀ ਆ, ਇਹ 3 ਕਾਨੂੰਨਾਂ ਨੂੰ ਬਦਲ ਕੇ ਛੱਡੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।